ਹਾਂਜੀ ਸਟੂਡੈਂਟਸ ਅੱਜ ਮੈਂ ਇਸ ਵੀਡੀਓ ਦੇ ਵਿੱਚ 12th ਕਲਾਸ ਦਾ ਸਬਜੈਕਟ ਹਿਸਟਰੀ ਦਾ ਮੰਥਲੀ ਐਗਜ਼ਾਮ ਜੁਲਾਈ ਵਾਲਾ ਇਸ ਦੇ ਆਨਸਰਸ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਆਈ ਹੋਪ ਤੁਸੀਂ ਸਾਰਿਆਂ ਨੇ ਜਿਹੜੇ ਕਿ ਐਗਜ਼ਾਮ ਵਧੀਆ ਕੀਤਾ ਹੋਣਾ ਤੇ ਮੇਰਾ ਜਿਹੜੇ ਕਿ ਆਨਸਰਸ ਦੱਸਣ ਦਾ ਪਰਪਸ ਇਹ ਹੈ ਕਿ ਤੁਸੀਂ ਜਾਣ ਸਕੋ ਕਿ ਕਿਸ ਕੁਐਸਚਨ ਦਾ ਕੀ ਰਾਈਟ ਆਪਸ਼ਨ ਸੀ ਤੇ ਤੁਸੀਂ ਕਿੰਨੇ ਕੁਐਸਚਨ ਜਿਹੜੇ ਕਿ ਰਾਈਟ ਕੀਤੇ ਨੇ ਤੇ ਕਿੰਨੇ ਮਾਰਕਸ ਬਣ ਜਾਣਗੇ ਤੁਹਾਡੇ ਇਸ ਐਗਜ਼ਾਮ ਦੇ ਵਿੱਚੋਂ ਹਾਂਜੀ ਸਟਾਰਟ ਕਰਦੇ ਹਾਂ ਹਾਂਜੀ ਸਟੂਡੈਂਟ ਫਰਸਟ ਕੁਐਸਚਨ ਸੀ ਪੰਜਾਬ ਆਉਣ ਵਾਲੇ ਜ਼ਿਆਦਾਤਰ ਹਮਲਾਵਰ ਕਿਹੜੇ ਦਰੇ ਰਾਹੀਂ ਪਹੁੰਚੇ ਪੰਜਾਬ ਦੇ ਵਿੱਚ ਆਉਣ ਵਾਲੇ ਜਿਹੜੇ ਕਿ ਹਮਲਾਵਰ ਨੇ ਕਿਹੜੇ ਦਰਿਆ ਰਾਹੀਂ ਪਹੁੰਚੇ ਨੇ ਹਾਂਜੀ ਸਭ ਤੋਂ ਜਿਹੜੇ ਕਿ ਫੇਮਸ ਦਰ ਹੈ ਉਹ ਹੈਗਾ ਖੈਬਰ ਫਰਸਟ ਦਾ ਰਾਈਟ ਆਨਸਰ ਖੈਬਰ ਪੰਜਾਬ ਦੇ ਵਿੱਚ ਆਉਣ ਵਾਲੇ ਜ਼ਿਆਦਾਤਰ ਹਮਲੇ ਜਿਹੜੇ ਕਿ ਖੈਬਰ ਦਰੇ ਰਾਹੀਂ ਕਿੱਤੇ ਗਏ ਨੇ ਹਮਲਾਵਰ ਦੁਆਰਾ ਹਾਂਜੀ ਉਸ ਤੋਂ ਅੱਗੇ ਸੈਕਿੰਡ ਕੁਐਸਚਨ ਸੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਜਿਹੜੇ ਕਿ ਬਗਦਾਦ ਦੇ ਵਿੱਚ ਕਿਸ ਨਾਲ ਹੋਈ ਸੀ ਤਾਂ ਬਗਦਾਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਜਿਹੜੀ ਕੀ ਹੋਈ ਸੀ ਇਹਦਾ ਰਾਈਟ ਆਪਸ਼ਨ ਸ਼ੇਖ ਬਹਿਲੌਲ ਸ਼ੇਖ ਬਹਿਲੌਲ ਦੇ ਨਾਲ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਬਗਦਾਦ ਦੇ ਵਿੱਚ ਹੋਈ ਨੈਕਸਟ ਕੁਐਸਚਨ 3rd ਬਾਰੀ ਦਬਾਬ ਦੇ ਵਸਨੀਕਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਬਾਰੀ ਦਬਾਬ ਦੇ ਵਸਨੀਕਾਂ ਨੂੰ ਹਾਂਜੀ ਇਸ ਦਾ ਰਾਈਟ ਆਪਸ਼ਨ ਮਜੇਲ ਬਾਰੀ ਦਵਾ ਜਿਹੜੇ ਕਿ ਇਹ ਵਾਲਾ ਦਬਾਬ ਬਿਆਸ ਅਤੇ ਰਾਵੀ ਵਿਚਕਾਰਲਾ ਜਿਹੜਾ ਕਿ ਇਹ ਖੇਤਰ ਹੈ ਤੇ ਬਹੁਤ ਹੀ ਉਪਜਾਊ ਖੇਤਰ ਹੈ ਤੇ ਇਹ ਪੰਜਾਬ ਦੇ ਜਿਹੜੇ ਕਿ ਮੱਧ ਵਿੱਚ ਸਥਿਤ ਹੋਣ ਕਰਕੇ ਇਸ ਨੂੰ ਮੱਧਾ ਕਿਹਾ ਜਾਂਦਾ ਤੇ ਇੱਥੋਂ ਦੇ ਜਿਹੜੇ ਕਿ ਵਸਨੀਕਾਂ ਨੂੰ ਕੀ ਕਿਹਾ ਜਾਂਦਾ ਮਜੇਲ ਹਾਂਜੀ ਨੈਕਸਟ ਇਸਲਾਮ ਦੇ ਸੰਸਥਾਪਕ ਕੌਣ ਸਨ ਹਾਂਜੀ ਇਸਲਾਮ ਦੇ ਸੰਸਥਾਪਕ ਸਨ ਇਸ ਦਾ ਰਾਈਟ ਆਪਸ਼ਨ ਹਜਰਤ ਮੁਹੰਮਦ ਸਾਹਿਬ ਹਜਰਤ ਮੁਹੰਮਦ ਸਾਹਿਬ ਜਿਹੜੇ ਕਿ ਇਸਲਾਮ ਦੇ ਸੰਸਥਾਪਕ ਸਨ ਨੈਕਸਟ ਇਬਰਾਹਿਮ ਲੋਧੀ ਵਿਰੁੱਧ ਬਾਬਰ ਦੀ ਜਿੱਤ ਦਾ ਮੁੱਖ ਕਾਰਨ ਉਸ ਦਾ ਤੋਪਖਾਨਾ ਸੀ ਹਾਂਜੀ ਇਬਰਾਹਿਮ ਲੋਧੀ ਤੇ ਜਿਹੜੇ ਕਿ ਬਾਬਰ ਦੇ ਵਿਚਕਾਰ ਆ ਜਿਹੜੇ ਕਿ 21 April 1526 ਨੂੰ ਕੀ April 1526 ਵੀ ਨੂੰ ਜਿਹੜੇ ਕਿ ਪਾਣੀਪਤ ਦੇ ਸਥਾਨ ਤੇ ਪਾਣੀਪਤ ਦੀ ਲੜਾਈ ਹੋਈ ਸੀ ਤੇ ਇਸ ਲੜਾਈ ਦੇ ਵਿੱਚ ਜਿਹੜੇ ਕਿ ਇਬਰਾਹਿਮ ਲੋਦੀ ਹਾਰ ਗਿਆ ਸੀ ਤੇ ਬਾਬਰ ਦੀ ਜਿੱਤ ਹੋਈ ਸੀ ਤੇ ਇਸ ਇਸ ਲੜਾਈ ਦੇ ਵਿੱਚ ਜਿਹੜੇ ਕਿ ਬਾਬਰ ਦੀ ਜਿੱਤ ਦਾ ਕਾਰਨ ਉਸ ਦਾ ਤੋਪਖਾਨਾ ਸੀ ਤਾਂ ਇਸ ਜਿਹੜੇ ਕਿ ਇੱਥੇ ਇਹ ਦੱਸਣਾ ਸੀ ਕਿ ਸਹੀ ਹੈ ਜਾਂ ਗਲਤ ਹੈ ਤਾਂ ਇਹ ਸਹੀ ਹੈ ਰਾਈਟ ਹੈ ਨੈਕਸਟ ਆਦ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ ਹਾਂਜੀ ਆਦ ਗ੍ਰੰਥ ਸਾਹਿਬ ਜੀ ਦਾ ਸੰਕਲਨ ਜਿਹੜਾ ਕਿ ਇਸ ਦਾ ਰਾਈਟ ਆਪਸ਼ਨ 1604 ਈਸਵੀ ਦੇ ਵਿੱਚ ਕੀਤਾ ਗਿਆ ਆਦ ਗ੍ਰੰਥ ਸਾਹਿਬ ਦਾ ਸੰਕਲਨ ਜਿਹੜਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕਰਵਾਇਆ ਗਿਆ ਤੇ ਆਦ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਕਰਵਾਇਆ ਗਿਆ 1604 ਈਸਵੀ ਦੇ ਵਿੱਚ ਤੇ ਹੈੱਡ ਗ੍ਰੰਥੀ ਬਣਾਇਆ ਗਿਆ ਸੀ ਬਾਬਾ ਬੁੱਢਾ ਜੀ ਨੈਕਸਟ ਕੁਐਸਚਨ ਪੱਟ ਬੰਨਿਆਂ ਦੀ ਖੋਜ ਕਿਸ ਨੇ ਕੀਤੀ ਹਾਂਜੀ ਪੱਟਾਂ ਦੁਆਰਾ ਰਚਿਤ ਰਚਨਾਵਾਂ ਨੂੰ ਜਿਹੜੇ ਕਿ ਪੱਟ ਬੰਨਿਆਂ ਕਿਹਾ ਜਾਂਦਾ ਤੇ ਇਹਨਾਂ ਦੀ ਖੋਜ ਕਿਸ ਨੇ ਕੀਤੀ ਇਹਦਾ ਰਾਈਟ ਆਪਸ਼ਨ ਗਿਆਨੀ ਗਰਜਾ ਸਿੰਘ ਨੇ ਗਿਆਨੀ ਗਰਜਾ ਸਿੰਘ ਨੇ ਨੈਕਸਟ ਨੰਬਰ 8 ਤੇ ਕਾਜੀ ਨੂਰ ਮੁਹੰਮਦ ਦੀ ਰਚਨਾ ਦਾ ਨਾਮ ਦੱਸੋ ਹਾਂਜੀ ਕਾਜੀ ਨੂਰ ਮੁਹੰਮਦ ਦੀ ਰਚਨਾ ਦਾ ਨਾਂ ਹੈਗਾ ਜੰਗਨਾਮਾ ਹਾਂਜੀ ਤੇ ਜੰਗਨਾਮੇ ਦੇ ਵਿੱਚ ਜਿਹੜੇ ਕੀ ਵਰਣਨ ਕੀਤਾ ਹੋਇਆ ਅਮਦ ਸ਼ਾਹ ਅਬਦਾਲੀ ਦੇ ਸਿੱਖਾਂ ਵਿਰੁੱਧ ਜਿਹੜੇ ਕੀ ਜੁੱਦਾਂ ਦਾ ਵਰਣਨ ਕੀਤਾ ਹੋਇਆ। ਹਾਂਜੀ ਸਟੂਡੈਂਟਸ ਅਗਰ ਤੁਹਾਨੂੰ ਜਿਹੜੇ ਕੀ ਮੇਰੇ ਦੁਆਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੇ ਮੈਂ ਹਰ ਇੱਕ ਕੁਐਸਚਨ ਦੀ ਤੁਹਾਨੂੰ ਜਿਹੜੇ ਕੀ ਐਕਸਪਲੇਨੇਸ਼ਨ ਐਕਸਪਲੇਨੇਸ਼ਨ ਦਵਾਂਗੀ। ਤਾਂ ਕਿ ਤੁਹਾਡੇ ਮਾਈਂਡ ਦੇ ਵਿੱਚ ਜਿਹੜੇ ਕੀ ਚੰਗੇ ਤਰੀਕੇ ਨਾਲ ਇਹ ਆਨਸਰਸ بیٹھ ਜਾਣ। ਹਾਂਜੀ ਨੰਬਰ 9 ਦੇ ਕੁਐਸਚਨ ਸੀ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਹੀਂ ਲਿਖੀ ਗਈ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਗਈ ਰਚਨਾ ਜਿਹੜੀ ਨਹੀਂ ਹੈਗੀ ਨਹੀਂ ਹਾਂਜੀ ਉਹ ਹੈਗੀ ਆ ਗੁਰਸੋਪਾ ਗੁਰਸੋਪਾ ਦੀ ਜਿਹੜੇ ਕੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਹੀਂ ਕੀਤੀ ਗਈ ਤੇ ਗੁਰਸੋਭਾ ਹੈ ਕਿ ਇਹਨਾਂ ਦੀ ਗੁਰਸੋਭਾ ਜਿਹੜੇ ਕਿ ਸੈਨਾਪਤ ਦੀ ਲਿਖੀ ਹੋਈ ਰਚਨਾ ਤੇ ਸੈਨਾਪਤ ਦਾ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਦੇ ਵਿੱਚੋਂ ਸੀ ਇਹ ਤੇ ਸੈਨਾਪਤ ਨੇ ਜੋ ਗੁਰਸੋਭਾ ਲਿਖਿਆ ਇਸ ਦੇ ਵਿੱਚ 1699 ਤੋਂ ਲੈ ਕੇ 1708 ਈਸਵੀ ਤੱਕ ਦਾ ਜਿਹੜੇ ਕਿ ਵਰਣਨ ਕੀਤਾ ਹੋਇਆ ਤੇ ਬਾਕੀ ਜਿਹੜੇ ਇਹ ਰਚਨਾਵਾਂ ਨੇ ਬਚਿੱਤਰਨਾਟਕ ਜਫਰਨਾਮ 24 ਸਫਤਾਰੇ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ ਨੈਕਸਟ ਨੰਬਰ 10 ਤੇ ਜੁਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ ਹਾਂਜੀ ਜੁਨਾਨੀਆਂ ਨੇ ਜਿਹੜੇ ਕੀ ਪੰਜਾਬ ਨੂੰ ਕੀ ਨਾਂ ਦਿੱਤਾ ਪੈਟਾਪਟੋਮੀ ਜੁਨਾਨੀਆਂ ਨੇ ਪੰਜਾਬ ਨੂੰ ਜਿਹੜੇ ਕੀ ਪੈਟਾਪਟੋਮੀ ਇਹਦਾ ਨਾਂ ਦਿੱਤਾ ਤੇ ਰਗਵੇਦੀ ਕਾਲ ਦੇ ਵਿੱਚ ਜਿਹੜੇ ਕੀ ਪੰਜਾਬ ਨੂੰ ਸ਼ਬਦ ਸਿੱਧੂ ਕਿਹਾ ਜਾਂਦਾ ਸੀ ਤੇ ਮੱਧ ਕਾਲ ਦੇ ਵਿੱਚ ਮਹਾਰਾਜ ਜੀ ਸਿੰਘ ਨੇ ਸਮੇਂ ਲਾਹੌਰ ਸੂਬਾ ਤੇ ਮਹਾਕਾਵਾਂ ਦੇ ਵਿੱਚ ਜਿਹੜੇ ਕੀ ਪੰਚਨਦ ਕਿਹਾ ਗਿਆ ਹਾਂਜੀ ਨੈਕਸਟ ਪੰਜਾਬ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹਾਂਜੀ ਇਹ ਦੱਸਣ ਦੀ ਸੀ ਕਿ ਸਹੀ ਹੈ ਜਾਂ ਗਲਤ ਤਾਂ ਇਹ ਬਿਲਕੁਲ ਸਹੀ ਹੈ ਪੰਜਾਬ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਪੰਜਾਬ ਦੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹੈ ਤਾਂ ਇਹ ਸਹੀ ਹੈ ਨੈਕਸਟ ਕਿਹੜਾ ਸਿੱਖ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ ਜਿਸ ਨੇ ਆਦਿ ਗ੍ਰੰਥ ਸਾਹਿਬ ਨੂੰ ਲਿਖਣ ਲਿਖਣ ਦੀ ਸੇਵਾ ਕੀਤੀ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ ਆਦਿ ਗ੍ਰੰਥ ਸਾਹਿਬ ਜੀ ਨੂੰ ਜਿਹੜੇ ਕੀ ਆਦਿ ਗ੍ਰੰਥ ਸਾਹਿਬ ਜੀ ਨੂੰ ਲਿਖਣ ਦੇ ਜਿਹੜੇ ਕੀ ਸੇਵਾ ਕੀਤੀ ਸੀ ਤਾਂ ਇਸ ਦਾ ਰਾਈਟ ਆਪਸ਼ਨ ਹੈਗਾ ਪਾਈ ਗੁਰਦਾਸ ਜੀ ਤੇ ਪਾਈ ਗੁਰਦਾਸ ਜੀ ਜਿਹੜੇ ਕੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਤੇ ਇਹ ਤੀਜੇ ਚੌਥੇ ਪੰਜਵੇਂ ਦੇ ਛੇਵੇਂ ਗੁਰੂ ਦੇ ਜਿਹੜੇ ਕੀ ਸਮਕਾਲੀ ਸਨ ਤੇ ਪਾਈ ਗੁਰਦਾਸ ਜੀ ਨੇ ਜਿਹੜੇ ਕੀ 39 ਬਾਰਾਂ ਦੀ ਰਚਨਾ ਕੀਤੀ ਹੈ ਤੇ ਇਹਨਾਂ ਵਾਰਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਸਾਹਿਬ ਜੀ ਦੇ ਜਿਹੜੇ ਕਿ ਕੁੰਜੀ ਹੈ। ਨੈਕਸਟ ਖਾਲਸਾ ਦਰਬਾਰ ਰਿਕਾਰਡ ਦੀ ਭਾਸ਼ਾ ਡੈਸ਼ ਹੈ। ਹਾਂਜੀ ਖਾਲਸਾ ਦਰਬਾਰ ਜਿਹੜੇ ਕਿ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਸਮੇਂ ਜਿਹੜੇ ਕਿ ਸਾਰਾ ਸਰਕਾਰੀ ਰਿਕਾਰਡ ਉਹ ਫਾਰਸੀ ਭਾਸ਼ਾ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਇਸ ਨੂੰ ਖਾਲਸਾ ਦਰਬਾਰ ਜਿਹੜਾ ਕਿ ਰਿਕਾਰਡ ਕਿਹਾ ਜਾਂਦਾ ਤਾਂ ਇਹ ਜਿਹੜਾ ਕਿ ਕਿਹੜੀ ਭਾਸ਼ਾ ਦੇ ਵਿੱਚ ਫਾਰਸੀ ਇਸ ਦਾ ਰਾਈਟ ਆਪਸ਼ਨ ਸੀ 13 ਦਾ ਫਾਰਸੀ ਨੈਕਸਟ 14 ਨੰਬਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕਿਹੜਾ ਮੁਗਲ ਸ਼ਾਸਕ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਮੁਗਲ ਸ਼ਾਸਕ ਕਿਹੜਾ ਸਮਕਾਲੀ ਸੀ ਉਹ ਦੱਸਣਾ ਤਾਂ ਉਹ ਸੀ ਬਾਬਰ ਨੈਕਸਟ ਨੰਬਰ 15 ਤੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ ਔਰੰਗਜ਼ੇਬ ਨੂੰ ਹਰਾਇਆ ਸੀ ਤਾਂ ਇਹ ਦੱਸਣ ਕਿ ਇਹ ਸਹੀ ਹੈ ਜਾਂ ਗਲਤ ਹੈ ਤਾਂ ਇਹ ਔਰੰਗਜ਼ੇਬ ਨੂੰ ਨਹੀਂ ਹਰਾਇਆ ਸੀ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਬਾਬਰ ਨੇ ਹਰਾਇਆ ਸੀ ਮੈਂ ਪਹਿਲਾਂ ਵੀ ਦੱਸ ਚੁੱਕੀ ਇਬਰਾਹਿਮ ਲੋਧੀ ਨੂੰ ਤਾਂ ਇੱਥੇ ਇਹ ਜਿਹੜੇ ਕਿ ਗਲਤ ਹੈ ਤੁਸੀਂ ਗਲਤ ਤੇ ਟਿਕ ਲਗਾਉਣਾ ਮਤਲਬ ਕਿ ਗਲਤ ਆਪਸ਼ਨ ਨੂੰ ਚੁਣਨਾ ਇਹ ਗਲਤ ਹੈ ਕਿਉਂਕਿ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾਇਆ ਸੀ ਨੈਕਸਟ ਸਤਲੁਜ ਅਤੇ ਕੱਗਰ ਦਰਿਆ ਵਿਚਕਾਰਲੇ ਖੇਤਰ ਨੂੰ ਡੈਸ਼ ਕਿਹਾ ਜਾਂਦਾ ਹੈ ਹਾਂਜੀ ਸਤਲੁਜ ਤੇ ਕੱਗਰ ਦਰਿਆ ਦੇ ਵਿਚਕਾਰਲੇ ਇਲਾਕੇ ਨੂੰ ਕਿਹਾ ਜਾਂਦਾ ਮਾਲਵਾ ਤੇ ਬਾਂਗਰ ਕਿਹਨੂੰ ਕਹਿੰਦੇ ਨੇ ਜਦੋਂ ਸਤਲੁਜ ਅਤੇ ਜਮਨਾ ਦਰਿਆ ਆ ਜਾਣ ਉਹਨਾਂ ਦੇ ਵਿਚਕਾਰਲੇ ਖੇਤਰ ਨੂੰ ਬਾਂਗਰ ਕਿਹਾ ਜਾਂਦਾ ਜਦੋਂ ਸਤਲੁਜ ਤੇ ਕੱਗਰ ਦਰਿਆ ਆ ਜਾਵੇ ਫਿਰ ਉਹਨੂੰ ਕਿਹਾ ਜਾਂਦਾ ਮਾਲਵਾ ਨੈਕਸਟ ਕੁਐਸਚਨ 17 ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਿਹੜਾ ਸਥਾਨ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਹਾਂਜੀ ਪਾਕਿਸਤਾਨ ਦੇ ਵਿੱਚ ਹੈਗਾ ਸਥਾਨ ਹੈਗਾ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਜਿਹੜੇ ਕਿ ਨਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1521 ਈਸਵੀ ਦੇ ਵਿੱਚ ਰਾਵੀ ਨਦੀ ਦੇ ਕੰਢੇ ਤੇ ਜਿਹੜੇ ਕਿ ਰੱਖੀ ਤੇ ਕਰਤਾਰਪੁਰ ਦਾ ਅਰਥ ਹੈ ਈਸ਼ਵਰ ਦਾ ਸ਼ਹਿਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਆਪਣੇ ਜੀਵਨ ਦੇ ਅੰਤਿਮ ਜੜੇ ਕੀ 18 ਬਰੇ ਬਤੀਤ ਕੀਤੇ ਹਾਂਜੀ ਨੈਕਸਟ ਹੈ ਪਾਣੀਪਤ ਅੱਜ ਕੱਲ੍ਹ ਭਾਰਤ ਦੇ ਕਿਹੜੇ ਪ੍ਰਾਂਤ ਵਿੱਚ ਹੈ ਹਾਂਜੀ ਦੱਸਣਾ ਕਿ ਪਾਣੀਪਤ ਭਾਰਤ ਦੇ ਅੱਜ ਕੱਲ੍ਹ ਕਿਹੜੇ ਪ੍ਰਾਂਦੇ ਵਿੱਚ ਸਥਿਤ ਹੈ ਤੇ ਪਾਣੀਪਤ ਦੇ ਵਿੱਚ ਕਿਹੜੀ ਲੜਾਈ ਹੋਈ ਸੀ ਪਾਣੀਪੱਤ ਦੀ ਪਹਿਲੀ ਲੜਾਈ ਦੂਜੀ ਤੀਜੀ ਇੱਥੇ ਹੋਣਾਂ ਨੇ ਤੇ ਪਾਣੀਪੱਤ ਦੀ ਪਹਿਲੀ ਲੜਾਈ 21 ਅਪ੍ਰੈਲ 1526 ਈਸਵੀ ਦੇ ਵਿੱਚ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਈ ਸੀ ਤੇ ਇਹ ਪ੍ਰਾਂਤ ਅੱਜ ਕੱਲ ਹੈਗਾ ਹਰਿਆਣਾ ਹਰਿਆਣਾ ਦੇ ਵਿੱਚ ਨੈਕਸਟ ਰਾਏਪੋਇ ਦੀ ਤਲਵੰਡੀ ਦਾ ਅੱਜ ਕੱਲ ਕੀ ਨਾਮ ਹੈ ਹਾਂਜੀ ਰਾਏਪੋਇ ਦੀ ਤਲਵੰਡੀ ਦਾ ਅੱਜ ਕੱਲ ਨਨਕਾਣਾ ਸਾਹਿਬ ਨਾਂ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਹਾਂਜੀ ਨੈਕਸਟ ਲਾਸਟ ਕੁਐਸਚਨ ਹੈ ਹਾਂਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਹਰ ਕੁਐਸਚਨ ਦੀ ਤੁਹਾਨੂੰ ਐਕਸਪਲੇਨੇਸ਼ਨ ਕਰਨੀ ਜ਼ਰੂਰੀ ਸੀ ਕਿਉਂਕਿ ਸਾਰੇ ਕੁਐਸਚਨ ਜਿਹੜੇ ਕਿ ਜੋ ਐਗਜ਼ਾਮ ਦੇ ਵਿੱਚ ਆਉਂਦੇ ਹੁੰਦੇ ਨੇ ਉਹ ਸਿਲੈਕਟਡ ਹੁੰਦੇ ਨੇ ਇੰਪੋਰਟੈਂਟ ਹੁੰਦੇ ਹੁੰਦੇ ਨੇ ਹਾਂਜੀ ਨੈਕਸਟ ਹੇਠਾਂ ਦਿੱਤੇ ਪੰਜਾਬ ਦੇ ਨਕਸ਼ੇ ਦੇ ਵਿੱਚ ਦਿੱਤੇ ਰੰਗਦਾਰ ਭਾਗ ਦੀ ਪਛਾਣ ਕਰਨੀ ਹੈ ਜੋ ਨਕਸ਼ੇ ਦੇ ਵਿੱਚ ਰੰਗਦਾਰ ਭਾਗ ਦਿੱਤਾ ਹੋਇਆ ਇਸ ਦੀ ਪਛਾਣ ਕਰਨੀ ਹੈ ਵੀ ਕਿਹੜਾ ਹੈ ਹਾਂਜੀ ਇਹ ਰੰਗਦਾਰ ਭਾਗ ਹੈ ਤੇ ਇਹ ਨਦੀਆਂ ਸਤਲੁਜ ਇਹ ਵਾਲੀ ਵਿਆਸ ਰਾਵੀ ਚਨਾਬ ਜੇਲਮ ਤੇ ਉਸ ਤੋਂ ਬਾਅਦ ਜਿਹੜੇ ਕਿ ਆਹ ਵਾਲਾ ਦੱਸਣਾ ਵੀ ਕਿਹੜਾ ਰੰਗਦਾਰ ਭਾਗ ਨਦੀਆਂ ਨੂੰ ਕਈ ਵਾਰ ਜਿਹੜੇ ਕਿ ਦਰਿਆ ਵੀ ਕਿਹਾ ਜਾਂਦਾ ਹਾਂਜੀ ਇਹ ਵਾਲਾ ਭਾਗ ਹੈਗਾ ਇਨ ਆਪਸ਼ਨਰ ਦੇ ਵਿੱਚ ਦਿੱਤਾ ਹੋਇਆ ਸਿੰਧ ਸਾਗਰ ਦਾ ਆਬਾਰਿਤਵਾਵ ਰਚਨਾ ਦਵਾਵ ਚਾਜ ਦਵਾਵ ਤਾਂ ਇਹਦਾ ਰਾਈਟ ਆਪਸ਼ਨ ਸੀ ਇਹ ਸਿੰਧ ਸਾਗਰ ਦਵਾਵ Thanks.